ਇਹ ਹੈ ਕੋਈ ਸਖੀ ਜਿਹੜਾ ਫਕੀਰ ਨੂੰ ਰੱਜ ਕੇ ਰੋਟੀ ਖਵਾਵੇ ਉਹ ਭਾਈ ਕਿੱਧਰ ਇਹ ਸਾਡਾ ਸ਼ੋਅ ਉਧਰੋਂ ਪਾਟਾ ਹੈ ਪਤਾ ਨਹੀਂ ਹਰ ਕੋਈ ਆਈ ਜਾ ਰਿਹਾ ਬਾਤ ਇਹ ਆਪਣੇ ਹੁਸਨ ਦਾ ਸਦਕਾ ਕੱਢੋ ਦਿਓ ਕੁਛ ਮੈਨੂੰ ਭਾਈ ਮੇਰਾ ਸ਼ੋਅ ਚੱਲ ਰਿਹਾ ਹੈ ਯਹਾਂ ਪੇ ਤੁਸੀਂ ਸਮਝੇ ਨਹੀਂ ਗੱਲ ਨੂੰ ਮੈਂ ਇੱਥੇ ਪੈਸੇ ਮੰਗਣ ਨਹੀਂ ਆਇਆ ਅਰਜ਼ ਗੁਜ਼ਾਰਨ ਆਇਆ ਆਪਣੀ ਇਹ ਜੁਮਲਾ ਕਹੀਂ ਸੁਣਾ ਸੁਣਾ ਲੱਗਦਾ ਹੈ ਕੀ ਕੀ ਅਰਜ਼ ਹੈ ਆਪ ਜਿਹੜਾ ਬੰਦਾ ਆਪਣੀ ਗੁਫਤਗੂ ਦਾ ਆਗਾਜ਼ ਇਹਨਾਂ ਲਫ਼ਜ਼ਾਂ ਤੋਂ ਕਰੇ ਨਾ ਸਮਝੋ ਨੇ ਮੰਗਣੇ ਨਹੀਂ ਜੋ ਵੀ ਆਪ ਕੋ ਕਹਿਣਾ ਹੈ ਨਾ ਮੁਸਕਰਾ ਕੇ ਕਹੋ भाई रो भी आपको कहना है बाहर बैठिए आप शो के बाद मैं आपसे बात करू मार जाके किसी नु गल्ला सुना तू सानू सुनाण आ गया यार ओ आ... चुप कर जा तू ते मेरे नाल वड्डा फकीर है मरे मैडम जी ਤੁਸੀਂ ਸਮਝ ਨਹੀਂ ਰਹੇ ਮੈਂ ਤੁਹਾਡੇ ਪ੍ਰੋਗਰਾਮ ਦੇ ਥਰੂ ਹੀ ਅਰਜ਼ ਕਰਨੀ ਹੈ ਦੇਖੇ ਮੇਰਾ ਸੈਟ ਹੈ ਜਾਂ ਜ਼ਿਆਦਾ دانشਵਰ ਨਾ ਬਣੇ ਜੋ ਬਾਤ ਕਰਨੀ ਹੈ ਨਾ ਥੂ ਦਾ ਪੁਆਇੰਟ ਕਰੇਣਾ ਮੈਂ ਜਾ ਰਿਹਾ ਕਿ ਸਾਨੂੰ ਆਟਾ ਦਿਓ ਪੈਸੇ ਨਾ ਦਿਓ ਪੈਸੇ ਨਾਲ ਕੀ ਬਣਦਾ ਹੈ ਕੋਈ ਗਰੀਬ ਨੂੰ ਆਟਾ ਲੈ ਕੇ ਦਵੇ ਮੇਰੇ ਬੱਚੇ ਵੀ ਖਾਣਗੇ ਦੁਆਵਾਂ ਦੇਣਗੇ ਤੁਹਾਨੂੰ ਆ ਇੱਕ ਬੰਦੇ ਨੂੰ ਮੈਂ ਕਿਹਾ 10 ਰੁਪਏ ਦੇ ਦੇ ਕਹਿੰਦਾ 90 ਰੁਪਏ ਖੁੱਲੇ ਹੈਗੇ ਮੈਂ ਕਿਹਾ ਆਹੋ ਕਹਿੰਦਾ ਮਾਮਾ ਪਹਿਲਾਂ ਉਹ ਤੇ ਖਰਚ ਲੈ ਆਟਾ ਮੰਗ ਰਹੇ ਆਂ ਆਪਕੋ ਪਤਾ ਹੈ ਸੀ ਆਟਾ ਕਿੰਨੇ ਰੁਪਏ ਕਿਲੋ ਹੈ ਹਾਂਜੀ 160 ਰੁਪਏ ਕਿਲੋ ਇਹ ਕੌਣ ਦੇਗਾ ਆਟਾ ਆਪਕੋ ਮੈਂ ਉਹ ਵੀ ਇਹ ਹੀ ਬਾਤ ਕਰ ਰਹਾ ਨਾ ਕਿ ਪਹਿਲੇ ਆਟੇ ਦੇ ਦਿੰਦੇ ਸਨ ਸਾਰੇ ਹੁਣ ਪੈਸੇ ਦੇ ਕੇ ਟਰਖਾ ਦਿੰਦੇ ਨੇ ਸਾਰੇ ਤੇ ਆਪ ਕੋਈ ਕੁਝ ਕਰਦਾ ਵੇਲਾ ਆਟਾ ਇਕੱਠਾ ਕਿਉਂ ਫਿਰਦਾ ਹੈ ਵਜ਼ਰ ਸਾਹਿਬ ਤੁਸੀਂ ਬੜੇ ਪਤਨ ਦੀ ਗੱਲ ਕੀਤੀ ਹੈ ਇਹੋ ਜਿਹੇ ਬੰਦੇ ਨੇ ਕੋਈ ਫਿਕਰਾ ਯਾਦ ਕੀਤਾ ਹੁੰਦਾ ਭਲਾ ਹੋਵੇ तो 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 काट तो का कर दूंगी लेकिन लोगों से जो आप आटा मांग रहे हैं आपको पता की आटे की किल्लत कितनी हो गई है खुराक की किल्लत के शिकार जो टोटल मुल्क है ना उनकी तादाद एक सौ सोलह है और पाकिस्तान का नंबर कितना है बानवे बानवे किलो ही ला दो रीफी ये हमारे मुल्क में वीना की जहाँ पे इतनी गुर्बत है आटे की किल्लत है वही पे आटे के बोझ थले दब के लोग मरे भी है आ, तेरे भी फकीर ही निकलता है सिर्फ फर्क है तू जरा सोबर तरीके मगता वन पीजा वन बर्गर मौला ने तह बहुत देना ਭਾਈ ਆ ਭਿਕਾਰੀ ਐ ਭਾਈ ਕਹੇਦਾ ਤੇ ਭੈਣ ਬਣ ਕੇ 2 ਕਿਲੋ ਆਟਾ ਲੈ ਦੇਤੇ ਬਹੁਤ ਅੱਛੇ ਉਹ ਭੈਣਾ ਕੋ ਆਟਾ ਲਈ ਦੇ ਨਹੀਂ ਭੈਣਾ ਨੂੰ ਆਟਾ ਦੇਈਦਾ ਮੈਨੋ ਕੀ ਘਰ ਸੇ ਗਲਾਸ ਪਾਣੀ ਤੱਕ ਨਹੀਂ ਪੀਆ ਜਾਂਦਾ ਤੂੰ 2 ਕਿਲੋ ਆਟਾ ਮੰਗ ਰਿਹਾ ਔਰ ਲਾਲੇਵਰ ਕਾ ਬੰਦਾ ਫਲਾਪ ਹੋ ਕੇ ਨਾ ਚਕਵਾਲ ਜਾ ਕੇ ਆਪਣਾ ਚੈਨਲ ਖੋਲਣ ਹੁੰਦਾ ਇੱਕ ਗੱਲ ਤੇ ਮੈਨੂੰ ਦੱਸੋ ਆ ਜਿਹੜਾ ਇੱਕ ਬੰਦਾ ਟੀਵੀ ਤੇ ਕਹਿੰਦਾ ਸੀ ਮੈਂ ਆਪਣੇ ਕੱਪੜੇ ਵੇਚ ਕੇ ਤੇ ਮੈਂ ਆਵਾਮ ਨੂੰ ਸਸਤਾ ਆਟਾ ਦਵਾਂਗਾ ਕੀ ਉਹਦੇ ਕੱਪੜੇ ਵਿਗੇ ਨਹੀਂ ਮੈਨੂੰ ਲੱਗਦਾ ਉਹਨੇ ਸਾਰਾ ਆਟਾ ਵੇਚ ਕੇ ਹੋਰ ਕੱਪੜੇ ਸੋਹਾਂ ਲੈਣੇ ਵੈਸੇ ਵੀ ਨਾ ਵਾਕਈ ਦਾਨਿਸ਼ਵਰ ਫਕੀਰ ਹੈ ਇਹ ਬੰਦਾ ਅਗਰ ਹਕੂਮਤ ਚ ਰਿਹਾ ਤੇ ਹੌਲੀ ਹੌਲੀ ਲੋਕਾਂ ਨੇ ਮੈਨੂੰ ਪੈਸੇ ਦੇਣੇ ਛੱਡ ਦੇਣੇ ਨੇ ਲੋਕੋ ਦਾ ਤਾਂ ਮੈਨੂੰ ਪਤਾ ਨਹੀਂ ਅਗਰ ਹਮਾਰਾ ਇਹੀ ਹਾਲ ਰਹਾ ਨਾ ਤਾਂ ਦੁਨੀਆ ਨੇ ਹਮੇ ਪੈਸੇ ਦੇਣਾ ਛੋੜ ਦੇਣੇ ਰਜ਼ਾ ਸਾਹਿਬ ਮੈਦੇ ਚ ਮੁਕਾ ਵਜਾ ਹੁੰਦਾ ਮੈਂ ਕਹਿੰਦਾ ਜੰਗਲ ਦਾ ਪ੍ਰਾਪਰਟੀ ਡੀਲਰ ਹੈ ਤੇ ਉਥੇ ਬਾਂਦਰਾਂ ਨੂੰ ਦਰਖਤ ਕਰਾਏ ਦੇ ਲਾ ਕੇ ਦਿੰਦਾ